ਕੱਲੂ ਅਸੀਂ ਬਜ਼ੁਰਗ ਆਉਣਾ ਕੀ ਪਤਾ ਕੱਲੂ ਆਈਆ ਜ਼ਾਲਮ ਸਰਕਾਰਾਂ ਫੇਰ ਆਉਣ ਪੰਜਾਬ ਦਾ ਇਤਿਹਾਸ ਹੀ ਸੰਘਰਸ਼ ਵਾਲਾ ਜੀ ਅਸੀਂ ਜਾਣਦੇ ਨਹੀਂ ਹੈਗੇ ਵੀਰ ਜੀ ਅਸੀਂ ਜਿੱਤ ਕੇ ਜਾਵਾਂਗੇ ਚਾਹੇ ਮੀਂਹ ਕਿੰਨਾ ਮਰਜ਼ੀ ਪਈ ਜਾਵੇ शुक्रवार ते शनिचरवार रात नूं मीह पिया पर मीह ने किसानां दे हौसले नहीं भजन दिते सगों हौसले वधे ने। इस वक्त असीं बहादुरगढ़ दी अनाज मंडी दे विच हां जिथे किसानां दा स्टेज मीह पैण तों तुरंत बाद चालू हो गया। तुहानूं दिखाउणे आ कि दवा दव जिहड़े नवें सुक्के मैट ने उहनां नूं विछाया जा रिहा है। किसानां दे लई बैठण दा इंतजाम कर दिता गया है क्योंकि मीह बड़ा तेज पिया सी इस इलाके दे विच। अनाज मंडी दे विच खुली जगह जिहड़ी मिल गई है पर फिर भी किते ना किते कोशिश की जा रही है कि किसानां नूं बैठण दे लई वधिया तों वधिया थां मुहैया कराई जावे। सो मीह जिहड़ा है तुसीं देख रहे हो कि किस तरह सारा भिज्जा पिया तुहानूं नाल दी नाल पैदल चल के भी इस थां दे हालात दिखाउणे आ। तुसीं वेख सकदे हो जिहड़े लोग ये गल समझते ने कुछ मीडिया दे ये लोग समझते ने कि इत्थे पिकनिक बनाई जा रही है पर इत्थे तां हजे टेंट ट्रालियां ने पर कई थावां दे उत्ते तंबू भी लगे ने। साडियां मतावां आ रहियां ने पूरे हौसले च ने भैणां साडियां पूरे हौसले च ने। आपां उन्हां नाल गल करदे हां। ਪੰਜ ਦੀ ਰਾਤ ਮੀਂਹ ਆਇਆ ਹੌਸਲੇ ਬੁਲੰਦ ਨੇ ਫਿਰ ਵੀ ਬੁਲੰਦ ਦੇ ਵੀਰੇ ਹਾਂ ਜਿੱਤ ਕੇ ਜਾਵਾਂਗੇ ਉਹਨਾਂ ਤੱਕ ਜਾਂਦੇ ਨਹੀਂ ਜੀ ਹਾਂ ਤੇ ਮੋਦੀ ਨੂੰ ਕੀ ਕਹੋਗੇ ਕਿ ਆ ਮੀਂਹ ਵੀ ਸਾਡੇ ਹੌਸਲੇ ਨਹੀਂ ਜੀ ਸਾਡੇ ਹੌਸਲੇ ਹੈਗਾ ਵੀਰੇ ਮੀਂਹ ਹੈਗਾ ਹੌਸਲੇ ਉਹ ਵੀ ਹੌਸਲੇ ਪੂਰੇ ਕਰਾਂਗੇ ਅਸੀਂ ਹਾਂ ਮੀਂਹ ਵਰਜੀ ਹੋ ਜਾਵੇ ਹਾਂ ਜੀ ਕੀ ਕਹਿੰਦੇ ਤੁਸੀਂ ਅਸੀਂ ਜਾਣਦੇ ਨਹੀਂ ਹੈਗੇ ਵੀਰ ਜੀ ਅਸੀਂ ਜਿੱਤ ਕੇ ਜਾਵਾਂਗੇ ਚਾਹੇ ਮੀਂਹ ਕਿੰਨਾ ਮਰਜ਼ੀ ਪਈ ਜਾਵੇ ਅਸੀਂ ਵਾਪਸ ਨਹੀਂ ਮੁੜਾਂਗੇ ਵੀਰ ਜੀ ਸਾਡੇ ਗੁਰੂਆਂ ਨੇ ਤਸੀਹੇ ਝੱਲੇ ਨੇ ਅਸੀਂ ਵੀ ਝੱਲਾਂਗੇ ਅਸੀਂ ਉਹਨਾਂ ਦੀ ਬਸ ਆ ਅਸੀਂ ਉਹਨਾਂ ਦੇ ਚੱਲਾਂਗੇ ਹਾਂਜੀ ਤਸੀਹਾਂ ਦੇ ਮਹੀਨਾ ਹੈ ਮਹੀਨਾ ਹੈ ਪੌਦਾ ਤਸੀਹਾਂ ਦਾ ਹੀ ਹੈ ਜਦੋਂ ਐਡੇ ਐਡੇ ਸਾਡੇ ਗੁਰੂਆਂ ਨੇ ਸਾਰੇ ਬੰਸਵਾਰ ਤੇ ਅਸੀਂ ਕੀ ਚੀਜ਼ ਆ ਸੋ ਬਿਲਕੁਲ ਪੌਦਾ ਮਹੀਨਾ ਹੈ ਤਸੀਹਾਂ ਦਾ ਮਹੀਨਾ ਹੈ ਸੋ ਇਹ ਤਸੀਹੇ ਜਿਹੜੇ ਨੇ ਗੁਰੂ ਦੀ ਲਾਡਲੀ ਫੌਜ ਨੂੰ ਕੁਝ ਨਹੀਂ ਕਹਿੰਦੇ ਸਾਡੇ ਨਾਲ ਹੋਰ ਵੀ ਬਜ਼ੁਰਗ ਆਏ ਨੇ ਇੱਥੇ ਸਤਿ ਸ਼੍ਰੀ ਅਕਾਲ ਜੀ ਕਿਹੜੇ ਪਿੰਡ ਤੋਂ ਆਏ ਹੋ ਗਵਿੰਦਪੁਰ ਤੋਂ ਜੀ ਅੱਛਾ ਦੋ ਦਿਨ ਹੋ ਗਏ ਲਗਾਤਾਰ ਮੌਸਮ ਖਰਾਬ ਹੋ ਗਿਆ ਰਾਤ ਨੂੰ ਪੈਣ ਦੀ ਬੜੀ ਦਿੱਕਤ ਆਈ ਤੁਹਾਨੂੰ ਕੋਈ ਦਿੱਕਤ ਆਈ ਕੋਈ ਦਿੱਕਤ ਨਹੀਂ ਆਈ ਜੀ ਅੱਛਾ ਜੀ ਨਾ ਜਮਾ ਨਹੀਂ ਤਕਲੀਫ ਵੀ ਕੋਈ ਨਹੀਂ ਹਾਂ ਕੋਈ ਤਕਲੀਫ ਨਹੀਂ ਖੁਸ਼ੀਆਂ ਜੀ ਆਏ ਵੀ ਲਹਿਰਾਂ ਆਈ ਚੱਲਣਗੀਆਂ ਜਿੰਨਾ ਚੱਕਰੇ ਮੰਨੂ ਨਾ ਕਿ ਦਿੱਲੀ ਛੱਡਦੇ ਨਹੀਂ ਖੜਾ ਇਹਦਾ ਸੋ ਦਿੱਲੀ ਨੂੰ ਮਨਾ ਕੇ ਹੀ ਜਾਣਾ ਕੁਝ ਨੌਜਵਾਨ ਵੀ ਸਾਡੇ ਨਾਲ ਨੇ ਕਿੱਥੋਂ ਆਏ ਹੋ ਜੀ ਤੁਸੀਂ ਵੀਰ ਜੀ ਸਾਡਾ ਪਟਿਆਲੇ ਜ਼ਿਲ੍ਹੇ 'ਚ ਪਿੰਡ ਹੈ ਜੀ ਲਨੌਚੀ ਉੱਥੋਂ ਆਇਆ ਜੀ ਅੱਛਾ ਜੀ ਅੱਛਾ ਇੱਕ ਜੀ ਦੱਸੋ ਵੀ ਆਮ ਤੌਰ ਦੇ ਉੱਤੇ ਨੌਜਵਾਨਾਂ ਨੂੰ ਇੱਕ ਬਹੁਤ ਵੱਡਾ ਸਵਾਲ ਹੁੰਦਾ ਹੈ ਇੱਕ ਤਾਂ ਸੰਘਰਸ਼ ਦਾ ਹਿੱਸਾ ਬਣਨਾ ਇੱਕ ਸੰਘਰਸ਼ ਦੇ ਵਿੱਚੋਂ ਪ੍ਰਾਪਤੀ ਕਰਕੇ ਲੈ ਕੇ ਜਾਣੀ ਤੁਸੀਂ ਕੀ ਕਰਨ ਆਏ ਹੋ ਹਿੱਸਾ ਬਣਨਾ ਹੈ ਜਾਂ ਇੱਥੋਂ ਕੁਝ ਪ੍ਰਾਪਤ ਵੀ ਕਰਕੇ ਲੈ ਕੇ ਜਾਓਗੇ ਦੇਖੋ ਜੀ ਇਹ ਧਾਰਨਾ ਪੁਰਾਣੀਆਂ ਨੇ ਵੀ ਨੌਜਵਾਨ ਪ੍ਰਾਪਤੀ ਕਰਨਗੇ ਵੀ ਅੱਗੇ ਨਿਕਲ ਕੇ ਰਾਜਨੀਤਿਕ ਚਿਹਰੇ ਬਣ ਜਾਈਏ ਇੱਥੇ ਜਦੋਂ ਗੱਲ ਸਾਡੇ ਪ੍ਰਾਪਤੀ ਉਹ ਨਹੀਂ ਹੁੰਦੀ ਪ੍ਰਾਪਤੀ ਤੁਸੀਂ ਗੱਲ ਕਰਕੇ ਕਿ ਤੁਸੀਂ ਇੱਥੋਂ ਇੱਕ ਨੌਲੇਜ ਦੀ ਪ੍ਰਾਪਤੀ ਲੈ ਕੇ ਜਾ ਰਹੇ ਹੋ ਕਿ ਸੰਘਰਸ਼ ਕਿਵੇਂ ਲੜੇ ਜਾਂਦੇ ਸੀ ਕਿ ਉਦੋਂ ਅੰਗਰੇਜ਼ਾਂ ਦੇ ਖਿਲਾਫ ਕਿਵੇਂ ਸੰਘਰਸ਼ ਲੜਿਆ ਗਿਆ ਸੀ ਤੇ ਅੱਜ ਕਿਵੇਂ ਲੜਿਆ ਜਾ ਰਿਹਾ ਇਹ ਗੱਲ ਬਹੁਤ ਸਹੀ ਹੈ ਜੀ ਦੇਖੋ ਜੀ ਅਸੀਂ ਆਏ ਇੱਥੇ ਹਿੱਸਾ ਪਾਣ ਜ਼ਰੂਰ ਆ ਪਰ ਸਾਡੇ ਬਾਬਿਆਂ ਨੂੰ ਦੇਖ ਕੇ ਇੱਥੇ ਸਾਰੇ ਹੋਰ ਨੌਜਵਾਨਾਂ ਨੂੰ ਵੀ ਦੇਖ ਕੇ ਪਤਾ ਲੱਗ ਰਿਹਾ ਬਜ਼ੁਰਗਾਂ ਨਾਲ ਗੱਲ ਕਰ ਰਹੇ ਆ ਉਹਨਾਂ ਨੇ ਵੀ ਸੰਘਰਸ਼ ਪਹਿਲਾਂ ਚਲੋ ਜੇ ਮਰਜ਼ੀ ਲਾ ਲਓ ਲੜੇ ਨੇ ਇੱਥੋਂ ਇੱਕ ਸਾਨੂੰ ਸੇਧ ਮਿਲ ਰਹੀ ਆ ਕੱਲ ਨੂੰ ਅਸੀਂ ਬਜ਼ੁਰਗ ਆਉਣਾ ਕੀ ਪਤਾ ਕੱਲ ਨੂੰ ਆਈਆ ਜ਼ਾਲਮ ਸਰਕਾਰਾਂ ਫੇਰ ਆਉਣ ਸੰਘਰਸ਼ ਲਾਉਣੇ ਪੈਣ ਹੌਸਲਾ ਰਹਿੰਦਾ ਹੀ ਪਹਿਲਾਂ ਇੱਕ ਸੰਘਰਸ਼ ਲੜਿਆ ਹੋਇਆ ਇੱਕ ਹੋਰ ਲੜਾਂਗੇ ਇਸੇ ਪ੍ਰਕਾਰ ਪੰਜਾਬ ਦਾ ਇਤਿਹਾਸ ਹੀ ਸੰਘਰਸ਼ ਵਾਲਾ ਜੀ ਕੀ ਪਤਾ ਕੱਲ ਨੂੰ ਫੇਰ ਜ਼ਾਲਮ ਸਰਕਾਰਾਂ ਆਉਣ ਪਰ ਇਸ ਸਮੇਂ ਸੰਘਰਸ਼ ਦੇਖ ਕੇ ਖੁਸ਼ੀ ਬਹੁਤ ਹੈ ਨੌਜਵਾਨ ਨਾਲ ਜੁੜੇ ਹੋਏ ਨੇ ਬਜ਼ੁਰਗ ਲੀਡ ਕਰ ਰਹੇ ਨੇ ਬਾਕੀ ਦੇਖੋ ਪ੍ਰਮਾਤਮਾ ਕਿਰਪਾ ਹੀ ਕਰੂਗਾ ਜ਼ਰੂਰ ਜਿੱਤਾਂਗੇ ਜੀ ਤੁਸੀਂ ਕੀ ਕਹੋਗੇ ਜੀ ਕੁਝ ਕਹਿਣਾ ਚਾਹੋਗੇ ਇਸ ਮਾਮਲੇ ਬਿਲਕੁਲ ਜੀ ਵਧੀਆ ਲੜਾ ਜਾ ਰਿਹਾ ਸੰਘਰਸ਼ ਜੀ ਤੇ ਬਜ਼ੁਰਗਾਂ ਤੋਂ ਸਾਨੂੰ ਵਧੀਆ ਸਾਥ ਮਿਲ ਰਿਹਾ ਜੀ ਸਿੱਖਣ ਨੂੰ ਵਧੀਆ ਮਿਲ ਰਿਹਾ ਵੈਸੇ ਨੌਜਵਾਨ ਬੜੀ ਛੇਤੀ ਦੁੱਖ ਤਕਲੀਫ ਮੀਂਹ ਕਣੀ ਪੈ ਗਿਆ ਜੀ ਐਂ ਹੋ ਗਿਆ ਆਪਾਂ ਯਾਰ ਚੱਲੀਏ ਭੇਜਣਾ ਜਾਈਏ ਘਰਾਂ ਨੂੰ ਮੁੜ ਜਾਈਏ ਫੇਰ ਆ ਜੀ ਇਹੋ ਜੀ ਕੋਈ ਗੱਲ ਇਹ ਜੀ ਕੋਈ ਗੱਲ ਨਹੀਂ ਹੈਗੀ ਰਾਤ ਵੀ ਮੀਂਹ ਪਿਆ ਜੀ ਸਵੇਰੇ ਹੀ ਮੀਂਹ ਪਿਆ ਜੀ ਕੋਈ ਚੱਕਰ ਨਹੀਂ ਪ੍ਰਮਾਤਮਾ ਦੀ ਕਿਰਪਾ ਹੈ ਪੈਸੇ ਮੀਂਹ ਨੂੰ ਕੋਈ ਚੱਕਰ ਨਹੀਂ ਜੀ ਦੇਖੋ ਇਹ ਸਾਰੇ ਜ਼ਿਮੀਂਦਾਰ ਭਰਾ ਨੇ ਖੇਤ 'ਚ ਮੀਂਹ ਪੈਂਦਾ ਹੁੰਦਾ ਇਹ ਫੇਰ ਵੀ ਕੰਮ ਕਰਦੇ ਨੇ ਪਿੱਛੇ ਸਾਡੇ ਮਟਰ ਦੀ ਉਹ ਤੋੜ ਰਹੇ ਸੀਗੇ ਉੱਥੇ ਮੀਂਹ ਪੈਂਦਾ ਕੋਈ ਚੱਕਰ ਨਹੀਂ ਕਿਸਾਨ ਮਿਹਨਤ ਕਰਦਾ ਇਹ ਮੀਂਹ ਤੋਂ ਆਪਾਂ ਕੀ ਡਰਾਂਗੇ ਜੀ ਨਾਲੇ ਪ੍ਰਮਾਤਮਾ ਕਿਰਪਾ ਕਰੇ ਇਹਦੀ ਬਖਸ਼ਿਸ਼ ਹੈ ਕਰਨੇ ਵਾਲਾ ਪ੍ਰਮਾਤਮਾ ਹੈ ਜੀ ਇਹੀ ਸੰਘਰਸ਼ ਜਿਤਾਊਗਾ ਇਹੀ ਮੀਂਹ ਪਾਉਣ ਵਾਲਾ ਜਿਵੇਂ ਕਰਦਾ ਕਹਿੰਦੇ ਸੀ ਤੁਸੀਂ ਮੀਂਹ ਚੱਡੋ ਚਾਹੇ ਹੜ ਆ ਜੇ ਅਸੀਂ ਆਪਣੇ ਬੱਚਿਆਂ ਦਾ ਵਜੂਦ ਬਚਾਉਣ ਵਾਸਤੇ ਹਰ ਹੀਲੇ ਸ਼ਾਂਤੀ ਨਾਲ ਇਹ ਸੰਘਰਸ਼ ਜਿੱਤਾਂਗੇ
जी बिल्कुल नौजवानों नाल भी गल हुई, बजुर्ग मिलाउणे ने जी, मिलदे हैं जी, उन्हां नूं मिलदे हैं। नौजवानों दे लई इह इक सीधे तौर दे उत्ते कहा जावे संघर्षां दे उत्ते पीएचडी करन दा मौका है, क्योंकि जदों उह इतिहास लिखे गए सीगे फ्रीडम स्ट्रगल दे, शायद वह किताबों के किसी ने अखी नहीं सी देखा, लगभग ओहो जा पगड़ी संभाल जट्टा तो लैके इस संघर्ष से संघर्ष के नाल किवें संघर्ष चलते सी। हुण तां ट्रैक्टर ट्रालियां उदों पैदल आउंदे सी, तां किसानां दे नौजवान बच्चों नूं एक यह प्रतक रूप दे विच हुण 1947 च देश किवें आजाद कराया सी ते हुण नवीं बन रही ईस्ट इंडिया कंपनी तों देश तों किवें बचाउणा, इहनां लई एक बहुत वड्डा उदाहरण है। सो वधाई दे पात्र ने, ते रेडियो पंजाब टुडे दे जरिए मैं उन्हां नौजवानों नूं भी कहूँगा कि पिकनिक मनाउण ना आओ, ट्रैक्टरां दे उत्ते गेड़े कोई गल नहीं, आपां पिंडां दीआं गलियां ते खेतां च ला लांगे, इत्थे समझ के जाओ, इत्थे पढ़ के जाओ, इत्थे पेन कापी लैके आओ, एक एक चीज़ लिखो इत्थों दी, जदों लिख के जाओगे तुसीं आपदा इतिहास खुद लिखोगे। सो मेरी एक जिहड़ी रिक्वेस्ट है, सारे नौजवान जरूर मनन, जे गल तुहानूं चंगी लगी है तां रेडियो पंजाब टुडे दा ये पेज शेयर जरूर कर दिओ, लाइक कर दिओ ते कमेंट कर दिओ।